contestant number 923, Simran Kaur. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੋਲੀ ਨਾ ਰਹੀ ਤਾਂ ਕਵਿਤਾਵਾਂ ਮੁੱਕ ਜਾਣਗੀਆਂ। ਬੋਲੀ ਨਾ ਰਹੀ ਤਾਂ ਕਵਿਤਾਵਾਂ ਮੁੱਕ ਜਾਣਗੀਆਂ। ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣਗੀਆਂ। ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁੱਲ ਜਾਣਗੀਆਂ। ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਵਿੱਚ ਰੋਲ ਦਿਓ। ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਵਿੱਚ ਰੋਲ ਦਿਓ। ਦੇਖੋ ਪੰਜਾਬੀਓ, ਪੰਜਾਬੀ ਨੂੰ ਨਾ ਭੁੱਲ ਜਿਓ। ਦੇਖੋ ਪੰਜਾਬੀਓ, ਪੰਜਾਬੀ ਨੂੰ ਨਾ ਭੁੱਲ ਜਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸਿਮਰਨ ਕੌਰ ਹੈ। ਮੈਂ 28 ਸਾਲ ਦੀ ਹਾਂ ਅਤੇ ਮੈਂ ਅੰਬਾਲਾ ਸਿਟੀ ਤੋਂ ਬਿਲੋਂਗ ਕਰਦੀ ਹਾਂ। ਮੇਰਾ 3 ਸਾਲ ਦਾ ਬੇਟਾ ਹੈ ਅਤੇ ਮੈਂ ਆਪਣੀ ਐਜੂਕੇਸ਼ਨ ਮੰਡੀ ਗੋਬਿੰਦਗੜ੍ਹ GPS ਤੋਂ ਕੀਤੀ ਹੈ। PIMT MC ਕੀਤੀ ਹੈ ਅਤੇ ਮੈਨੂੰ ਇੱਥੇ ਇੱਕ ਚੀਜ਼ ਵਾਪਸ ਲੈ ਕੇ ਆਈ ਹੈ, ਉਹ ਹੈ ਕਿ ਇੰਨੇ ਵੱਡੇ ਪਲੇਟਫਾਰਮ 'ਤੇ ਆ ਕੇ ਵੀ ਇਹ ਸਾਰੇ ਜੋ ਇੱਥੇ ਦੇ ਮੈਂਬਰਸ ਨੇ ਬਹੁਤ ਡਾਊਨ ਟੂ ਅਰਥ ਨੇ, ਇੱਕ ਫੈਮਿਲੀ ਦੀ ਤਰ੍ਹਾਂ ਟ੍ਰੀਟ ਕਰਦੇ ਨੇ, ਜੋ ਕਿ ਮੋਸਟਲੀ ਨਹੀਂ ਕਰਦੇ। ਇੱਥੇ ਇੱਕ ਫੈਮਿਲੀ ਦਾ ਜੋ ਹੈ ਸਾਨੂੰ ਐਟਮੋਸਫੇਅਰ ਮਿਲਦਾ। ਇਹ ਚੀਜ਼ ਜਿਹੜੀ ਹੈ ਮੈਨੂੰ ਇੱਥੇ ਵਾਪਸ ਲੈ ਕੇ ਆਈ ਹੈ, ਔਰ ਮੇਰਾ ਮੈਂ ਥੋੜ੍ਹਾ ਐਕਸਪੀਰੀਅੰਸ ਵੀ ਹੋਰ ਗੇਨ ਕਰਨਾ ਚਾਹੁੰਦੀ ਸੀ ਇਸ ਕਰਕੇ। ਥੈਂਕ ਯੂ ਜੀ। ਬਿਲਕੁਲ ਸਹੀ ਕਿਹਾ ਸਿਮਰਨ ਜੀ ਤੁਸੀਂ। ਅੱਛਾ, ਮੈਨੂੰ ਇੱਕ ਗੱਲ ਦੱਸੋ ਕਿ ਸਾਡਾ ਕੰਪੀਟੀਸ਼ਨ ਕਿਸ ਨਾਲ ਹੁੰਦਾ? ਮੰਡੀ ਗੋਬਿੰਦਗੜ੍ਹ ਕਿਸ ਲਈ ਮਸ਼ਹੂਰ ਹੈ? ਆਲ ਓਵਰ ਏਸ਼ੀਆ ਦੇ ਵਿੱਚ ਉਹ ਇੱਕ ਚੀਜ਼ ਕਰਕੇ ਮਸ਼ਹੂਰ ਹੈ, ਉਹ ਕੀ? ਜੀ ਬਿਲਕੁਲ ਸਰ, ਮੰਡੀ ਗੋਬਿੰਦਗੜ੍ਹ ਲੋਹਾ ਮੰਡੀ, ਲੋਹਾ ਐਗਜੈਕਟਲੀ, ਏਸ਼ੀਆ ਦੀ ਸਭ ਤੋਂ ਵੱਡੀ ਮੰਡੀ, ਸਟੀਲ ਇੰਡਸਟਰੀ ਕਰਕੇ, ਸਟੀਲ ਇੰਡਸਟਰੀ ਤੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ। ਉਹ ਖੰਨਾ ਮੰਡੀ ਹੈ ਲੇਕਿਨ ਸਟੀਲ ਇੰਡਸਟਰੀ, ਅਨਾਜ ਮੰਡੀ ਖੰਨਾ, ਅਨਾਜ ਮੰਡੀ ਖੰਨਾ ਮੰਡੀ, ਲੋਹੇ ਲੋਹਾ ਨਗਰੀ ਗੋਬਿੰਦਗੜ੍ਹ। ਮੈਂ ਖੰਨਾ ਤੋਂ ਬਿਲੋਂਗ ਕਰਦੀ ਹਾਂ। ਓਕੇ, ਤੁਸੀਂ ਖੰਨੇ ਤੋਂ? ਹਾਂਜੀ ਸਰ। ਤੇ ਓਕੇ, ਇੱਕ ਕੁਐਸਚਨ ਤੁਹਾਡੇ ਰਿਲੇਟਡ ਹੋਰ, ਅੱਜ ਕੱਲ੍ਹ ਤੁਹਾਡਾ ਵੀ ਮੈਰਿਜ ਹੋਈ ਹੋਣੀ ਹੈ, ਬਹੁਤ ਧੂਮ ਧਾਮ ਨਾਲ ਵਿਆਹ ਹੋਇਆ ਹੋਣਾ ਤੁਹਾਡਾ ਸਾਰਾ, ਤੁਹਾਡਾ ਕਿੱਥੇ ਡੈਸਟੀਨੇਸ਼ਨ ਕੀ ਸੀ ਤੁਹਾਡੀ ਮੈਰਿਜ ਦੀ? ਅੰਬਾਲਾ ਸਿਟੀ। ਅੰਬਾਲਾ, ਕਿਹੜਾ ਪੈਲਸ 'ਚ ਤੁਹਾਡਾ ਵਿਆਹ ਹੋਇਆ ਸੀ? ਮੇਰਾ ਪੈਲਸ ਆਸ਼ੀਰਵਾਦ। ਚਲੋ, ਮੈਂ ਪੁੱਛਣਾ ਚਾਹੁੰਦਾ ਕਿ ਅੱਜ ਕੱਲ੍ਹ ਦੀਆਂ ਮੈਰਿਜਿਸ ਦੇ ਵਿੱਚ ਜੇ ਇੱਕ ਚੀਜ਼ ਮੈਂ ਤੁਹਾਨੂੰ ਪੁੱਛਾਂ ਕਿ ਵੇਸਟੇਜ ਆਫ ਮਨੀ ਹੋ ਰਹੀ ਹੈ ਬਹੁਤ ਜ਼ਿਆਦਾ, ਉਹ ਐਟ ਸਮਵੇਅਰ ਸਮ ਪੁਆਇੰਟ ਉਹ ਗੱਲ ਸਹੀ ਹੈ ਕਿ ਨਹੀਂ? ਬਿਕੋਜ਼ ਮੇਰੀ ਪਰਸਨਲ ਇਹ ਸੋਚ ਹੈ ਕਿ ਸਾਦੇ ਵਿਆਹ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ। ਬਿਲਕੁਲ ਸਰ, ਅੱਜ ਕੱਲ੍ਹ ਦੇ ਵਿਆਹਾਂ 'ਤੇ ਬਹੁਤ ਜ਼ਿਆਦਾ ਪੈਸਾ ਲੱਗਦਾ। ਪਰਸਨਲੀ ਆਪਾਂ ਲੋਕਾਂ ਨੂੰ ਦਿਖਾਉਣ ਲਈ ਇੱਕ ਦਿਨ ਪੂਰਾ ਪ੍ਰੋਪਰ ਵੈਲ ਪ੍ਰੀਪੇਅਰਡ ਕਰਦੇ ਹਾਂ, ਔਰ ਲੋਕੀ ਕਦੇ ਵੀ ਸੈਟੀਸਫਾਈਡ ਨਹੀਂ ਹੁੰਦੇ। ਤੁਸੀਂ ਜਿੰਨੇ ਮਰਜ਼ੀ ਮਹਿੰਗੇ ਵੈਨਿਊ ਬੁੱਕ ਕਰ ਲਓ, ਹਰੇਕ ਨੇ ਜਾ ਕੇ ਇੱਕ ਨੁਕਸ ਤਾਂ ਕੱਢਣਾ ਹੀ ਹੈ ਕਿਸੇ ਨੇ। ਸੋ ਡੋਂਟ ਯੂ ਥਿੰਕ ਕਿ ਇਹ ਬਹੁਤ ਜ਼ਿਆਦਾ ਜਿਹੜਾ ਹੋ ਚੁੱਕੀ ਅੱਜ ਕੱਲ੍ਹ ਸ਼ੋਅ ਆਫ ਦਾ ਵੈਨਿਊ, ਆਪਾਂ ਸਿੰਪਲੀਸਿਟੀ ਦੁਆਰਾ ਲੈ ਕੇ ਆਈਏ। ਅੱਜ ਕੱਲ੍ਹ ਭਾਅ ਜੀ ਮੈਂ ਬਹੁਤ ਗੱਲ ਕਰੂੰਗਾ ਭੋਗ, ਅੱਗੇ ਪੁਰਾਣੇ ਜ਼ਮਾਨੇ 'ਚ ਹੁੰਦੇ ਸੀ ਜਦੋਂ ਕੋਈ ਘਰ ਕਿਸੇ ਮਰਗ ਹੁੰਦੀ ਸੀ, ਭੋਗ ਹੁੰਦੇ ਸੀ, ਉਹਦੇ ਘਰ ਚੁੱਲ੍ਹਾ ਨਹੀਂ ਸੀ ਚੜ੍ਹਦਾ, ਜਿੱਥੇ ਤੱਕ ਮੈਨੂੰ ਨੌਲੇਜ ਆ, ਰੋਟੀ ਨਹੀਂ ਸੀ ਬਣਦੀ ਕੁਝ ਦਿਨ ਲਈ। ਅੱਜ ਕੱਲ ਇਹ ਹੈ ਕਿ ਅੱਜ ਕੱਲ ਭੋਗ ਤੇ ਪ੍ਰੋਪਰ ਹਲਵਾਈ ਲਾਏ ਜਾਂਦੇ ਨੇ, ਪ੍ਰੋਪਰ ਪੈਲੇਸਿਸ ਦੇ ਵਿੱਚ ਭੋਗ ਹੁੰਦੇ ਨੇ, ਜਿਹੜੀ ਕਿ ਮੈਨੂੰ ਇਹ ਗੱਲ ਬੜੀ ਪਰਸਨਲੀ ਚੰਗੀ ਨਹੀਂ ਲੱਗਦੀ, ਕਿਉਂਕਿ ਇੱਕ ਤਾਂ ਘਰੇ ਆਲਰੇਡੀ ਇੱਕ ਮਾਹੌਲ ਬੜਾ ਖਰਾਬ ਹੁੰਦਾ, ਉਤੋਂ ਦੀ ਹੋਰ ਟੈਨਸ਼ਨ ਆ, ਰੋਟੀ ਖਿਲਾਉਣੀ ਇਹ ਵੋ। ਸੋ ਇਹ ਤੁਹਾਡੇ ਕੀ ਵਿਊਜ਼ ਨੇ ਇਹਨੂੰ ਲੈ ਕੇ? ਮੇਰੇ ਵੀ ਸਰ ਬਿਲਕੁਲ, ਤੁਸੀਂ ਸਹੀ ਕਿਹਾ, ਮੇਰੇ ਵੀ ਬਿਲਕੁਲ ਇਹੀ ਵਿਊਜ਼ ਨੇ। ਮੇਰੀ ਉਸ ਟਾਈਮ ਮੰਨੀ ਨਹੀਂ ਕਿਸੇ ਨੇ, ਕਿਉਂਕਿ ਮੈਂ ਵੀ ਇੱਕ ਸਿੰਪਲ ਮੈਰਿਜ, ਅਰੇਂਜ ਮੈਰਿਜ ਹੈ ਮੇਰੀ, ਅਤੇ ਕੁਛ ਡਿਮਾਂਡਸ ਵੀ ਨਹੀਂ ਕਹਿ ਸਕਦੇ, ਕੁਛ ਕਹਿੰਦੇ ਨੇ ਡਿਮਾਂਡਸ ਨੂੰ ਇੱਕ ਨਾਮ ਦੇ ਦਿੱਤਾ ਜਾਂਦਾ ਚਾਹ ਦਾ, ਵੀ ਸਾਨੂੰ ਆਪਣੇ ਮੁੰਡੇ ਦਾ ਜਾਂ ਕੁੜੀ ਦੇ ਵਿਆਹ ਦਾ ਚਾਹ, ਪੇਰੈਂਟਸ ਡੋਰੀ ਨੂੰ ਇੱਕ ਗਿਫਟ ਦੇ ਨਾਂ ਦੇ ਦਿੰਦੇ ਨੇ, ਠੀਕ ਹੈ। ਉਹ ਸਾਰੀ ਚੀਜ਼ਾਂ ਮੇਰੇ ਖਿਆਲ ਨਾਲ ਤਾਂ ਉਹ ਬੰਦ ਹੋਣੀਆਂ ਚਾਹੀਦੀਆਂ ਨੇ। ਜੇ ਤੁਹਾਡੇ ਕੋਲ ਇੰਨਾ ਹੀ ਐਕਸਟਰਾ ਮਨੀ ਹੈ, ਤੁਸੀਂ ਇੰਨੀ ਵੇਸਟੇਜ ਕਰ ਸਕਦੇ ਹੋ, ਕਿਉਂ ਤੁਸੀਂ ਉਹ ਗਰੀਬ ਬੱਚਿਆਂ ਨੂੰ ਨਹੀਂ ਐਜੂਕੇਸ਼ਨ 'ਤੇ ਕਿਉਂ ਨਹੀਂ ਉਹਨੂੰ ਯੂਟੀਲਾਈਜ਼ ਕਰਦੇ, ਠੀਕ ਹੈ। ਨਹੀਂ ਤੁਸੀਂ ਜਿਹੜਾ ਇੱਕ ਬੱਚਾ ਹੈ ਚਾਹੇ ਬੁੜਾ ਹੈ, ਇੱਕ ਟਾਈਮ ਦੀ ਰੋਟੀ ਵੀ ਨਹੀਂ ਖਾ ਸਕਦਾ ਜਿਹੜਾ, ਤੁਸੀਂ ਕਿਆ ਉਹਦੇ ਵਾਸਤੇ ਕੁਛ ਨਹੀਂ ਕਰ ਸਕਦੇ? ਤੁਸੀਂ ਆਪਣੇ ਲਈ ਇੰਨੇ ਸੈਲਫਿਸ਼ ਹੋ ਚੁੱਕੇ ਹੋ ਕਿ ਆਪਣੇ ਤੋਂ ਉੱਤੇ ਪੈਸੇ ਲੁਟਾਉਣ ਦੇ ਲਈ ਲੱਖਾਂ ਰੁਪਏ ਨੇ, ਅਤੇ ਜੇ ਕੋਈ ਭਿਖਾਰੀ ਆ ਜਾਵੇ ਨਾ, ਉਹਨੂੰ ਭੇਜ ਦੇਣੀ ਪਏ, ਸਭ ਤੋਂ ਛੋਟਾ ਨੋਟ ਦੇਖਾਂਗੇ ਕਿਹੜਾ, ਸਭ ਤੋਂ ਛੋਟੇ ਵਾਲਾ। ਐਕਚੁਅਲੀ ਗੁਰਦੁਆਰੇ ਵਿੱਚ ਵੀ ਜਾਣਾ ਹੋਵੇ ਨਾ, ਤਾਂ
ਸਭ ਤੋਂ ਛੋਟਾ ਨੋਟ ਕਿਹੜਾ ਉਹਦਾ ਦਿੱਤਾ ਅਸੀਂ ਉਹਨੂੰ ਦੇ ਰਹੇ ਹਾਂ ਦਿਖਾ ਰਹੇ ਹਾਂ ਸਭ ਤੋਂ ਛੋਟਾ ਨੋਟ ਉਹਨੇ ਸਾਨੂੰ ਦਿੱਤਾ ਇਹ ਜੋ ਥਿੰਕਿੰਗ ਹੈ ਮੇਰੇ ਖਿਆਲ ਨਾਲ ਤਾਂ ਇਹ ਥਿੰਕਿੰਗ ਗਵਰਨਮੈਂਟ ਜੇ ਕੋਈ ਰੂਲ ਬਣਾ ਸਕੇ ਤਾਂ ਮੋਸਟ ਵੈਲਕਮ ਕੋਈ ਬਣਾ ਦੇ ਤੇ ਇਸ ਐਕਟ ਦੇ ਉੱਤੇ ਬਹੁਤ ਵਧੀਆ ਗੱਲ ਕੀਤੀ ਤੁਸੀਂ ਗਵਰਨਮੈਂਟ ਦੇ ਨਾਂ ਤੇ ਮੇਰੀ ਸੂਈ ਕਿਉਂ ਫਸ ਜਾਂਦੀ ਹੈ ਹਾਂਜੀ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਮਗਰ ਅਗਰ ਕੋਈ ਵੀ ਇੰਡੀਅਨਸ ਹੈ ਹਾਂਜੀ ਹਾਂਜੀ ਕੋਈ ਵੀ ਸਿਟੀਜ਼ਨ ਹੈ ਅਗਰ ਉਹ ਪ੍ਰਪੇਅਰ ਨਹੀਂ ਹੈ ਉਹਦੇ ਕੋਲ ਫੰਡਸ ਨਹੀਂ ਹੈ ਉਹਦੇ ਕੋਲ ਫੂਡ ਨਹੀਂ ਹੈ ਉਹਦੀ ਮਦਦ ਆਪਾਂ ਕਰੀਏ ਆਪਣੀ ਮਿਹਨਤ ਦੀ ਕਮਾਈ ਚੋਂ ਕਰੀਏ ਉਹ ਅੱਛੀ ਗੱਲ ਹੈ ਵੀ ਦਾਨ ਦੇਣਾ ਆਪਣੇ ਗੁਰੂਆਂ ਨੇ ਸਿਖਾਇਆ ਜਾਂ ਜੀ ਬਿਲਕੁਲ ਦਸਵੰਦ ਕਰਨਾ ਹਾਂਜੀ ਦੇਣਾ ਠੀਕ ਹੈ ਬਟ ਇੱਕ ਇਹ ਵੀ ਚੀਜ਼ ਨਹੀਂ ਹੋ ਸਕਦੀ ਆਪਾਂ ਉਸ ਬੰਦੇ ਲਈ ਰਾਈਟਲੀ ਲੜੀਏ ਲੰਗਰ ਜਦਕਿ ਗੁਰੂ ਸਾਹਿਬ ਨੇ ਕਿਹਾ ਸੀ ਲੰਗਰ ਬੈਠਣਾ ਇਕੁਐਲਿਟੀ ਦਾ ਇੱਕ ਸਿੰਬਲ ਹੈ ਲੰਗਰ ਇਸ ਕਰਕੇ ਲਗਾਏ ਜਾਂਦੇ ਸੀ ਪਰ ਉਹਨਾਂ ਨੂੰ ਧੁਤਕਾਰ ਕੇ ਨਿਕਾਲ ਦਿੱਤਾ ਜਾਂਦਾ ਕਿ ਪਹਿਲਾਂ ਆਓ ਜੀ ਆਓ ਪ੍ਰਧਾਨ ਜੀ ਤੁਸੀਂ ਆਓ ਤੁਸੀਂ ਲੰਗਰ ਕਰੋ ਜਾਂ ਕੁਛ ਵੀ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਉੱਥੇ ਪ੍ਰਧਾਨ ਨੂੰ ਪਹਿਲੇ ਦਫ਼ਤਰ 'ਚ ਬਿਠਾਇਆ ਜਾਂਦਾ ਵੀ ਉਹਦੀ ਸੇਵਾ ਕੀਤੀ ਜਾਂਦੀ ਸੇਵਾ ਕੀਤੀ ਜਾਂਦੀ ਚਾਰ ਪਾਰਟੀਆਂ ਵੱਖਰੀਆਂ ਰੱਖੀਆਂ ਹੁੰਦੀਆਂ ਖੀਰ ਦਾ ਬਾਟਾ ਵੱਖਰਾ ਜਿਹੜੇ ਸ਼ਾਹਾਂ ਦੇ ਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਭੁੱਲ ਕੇ ਉਹਨਾਂ ਵੱਲ ਪਿੱਠ ਕਰਕੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਦਰਬਾਰ ਸਾਹਿਬ ਤੁਸੀਂ ਚਾਹੇ ਦੇਖ ਲਓ ਬਾਦਲ ਹਨ ਕਹਿਣਾ ਨਹੀਂ ਚਾਹੀਦਾ ਐਕਚੁਅਲੀ ਸੌਰੀ ਪੋਲੀਟੀਕਲ ਵਿਊ ਬਣ ਜਾਏਗਾ ਇੱਕ ਪਰ ਇਹ ਸੱਚ ਹੈ ਜਿਆਦਾ ਕੰਟਰੋਵਰਸੀ ਵੀ ਨਹੀਂ ਕਰਨੀ ਛੱਡਦੇ ਉੱਥੇ ਵੀ ਤੁਸੀਂ ਇਹ ਚੀਜ਼ਾਂ ਲਈ ਚੇਂਜ ਲਈ ਕੀ ਕਰੋਗੇ ਆ ਦੱਸੋ ਇਹ ਚੇਂਜ ਲਈ ਸਰ ਮੈਂ ਐਕਚੁਅਲੀ ਇੱਕ ਮੈਂ ਆਪਣਾ NGO ਬਣਾਉਣਾ ਚਾਹੁੰਦੀ ਹਾਂ ਕਿਉਂਕਿ NGO ਦੇ ਲਈ ਨਾ ਪੀਪਲ ਤੁਹਾਨੂੰ ਰੈਕੋਗਨਾਈਜ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਪੀਪਲ ਤੁਹਾਨੂੰ ਰੈਕੋਗਨਾਈਜ਼ ਕਿਸ ਤਰੀਕੇ ਨਾਲ ਕਰਨਗੇ ਜੇ ਤੁਸੀਂ ਆਪਣੇ ਆਪ ਤੋਂ ਕੁਛ ਅਚੀਵ ਕਰੋਗੇ ਜੇ ਮੈਂ ਇਹ ਕਰਾਊਂਡ ਅਚੀਵ ਕਰਦੀ ਹਾਂ ਮਿਸਿਜ਼ ਪੰਜਾਬ ਔਰ ਮਿਸਿਜ਼ ਅੰਬਾਲਾ ਠੀਕ ਹੈ ਪੀਪਲ ਮੈਨੂੰ ਰੈਕੋਗਨਾਈਜ਼ ਕਰਨਗੇ ਕਿ ਹਾਂ ਕੌਨਫੀਡੈਂਟ ਹੈ ਮੇਰੀ ਗੱਲ ਦਾ ਇਫੈਕਟ ਕੁਛ ਜ਼ਿਆਦਾ ਪਏਗਾ ਇਹੀ ਜੇ ਮੈਂ ਨੋਰਮਲੀ ਕੁਛ ਐਜ਼ ਆ ਨੋਰਮਲ ਕੋਮਨ ਮੈਨ ਜਾਏਗਾ ਨਹੀਂ ਨਹੀਂ ਯਾਰ ਨੋ ਉਹਦਾ ਇਫੈਕਟ ਇੰਨਾ ਨਹੀਂ ਪਏਗਾ ਬਹੁਤ ਮਾਇਨੇ ਰੱਖਦਾ ਸਰ ਬਹੁਤ ਜ਼ਿਆਦਾ ਮਾਇਨੇ ਰੱਖਦਾ ਤੁਸੀਂ ਇਹ ਕਹੇ ਕਿ ਤੁਸੀਂ NGO ਬਣਾਉਣਾ ਚਾਹੁੰਦੇ ਹੋ ਹਾਂਜੀ ਮੀਨਸ ਆਫਟਰ ਵਿਨਿੰਗ ਦਾ ਮਿਸਿਸ ਅੰਬਾਲਾ ਠੀਕ ਹੈ ਨਹੀਂ ਬਿਫੋਰ ਵੀ ਮੈਂ ਇੰਟਰਸਟਿਡ ਹਾਂ ਮੈਂ ਇੱਕ ਗੱਲ ਪੁੱਛਾਂਗੀ ਕਹਿਣਾ ਚਾਹੁੰਦੀ ਹੈ ਕਿ ਜੇਕਰ ਅਸੀਂ NGO ਹੀ ਚਲਾਉਣੀ ਹੈ ਜੀ ਤੇ NGO ਵਾਸਤੇ ਕੀ ਮਸਟ ਹੈ ਕਿਉਂ NGO ਚਲਾਉਣੀ ਕਿਉਂ ਜ਼ਰੂਰੀ ਹੈ NGO ਲਈ ਐਕਸਪੀਰੀਅੰਸ ਤੁਹਾਡੇ ਅੰਦਰ ਕੁਝ ਕਰਨ ਦੀ ਚਾਹਤ ਸਭ ਤੋਂ ਪਹਿਲੇ ਮਾਇਨੇ ਰੱਖਦੀ ਹੈ ਚਾਹਤ ਤਾਂ NGO ਦੇ ਬਿਨਾਂ ਵੀ ਚੱਲ ਸਕਦੀ ਹੈ ਬਿਨਾਂ ਚੁੱਪ ਕਿਤੇ ਵੀ ਇੱਕ ਹੱਥ ਦਾਨ ਦੇਣ ਦਾ ਦੂਜੇ ਨੂੰ ਪਤਾ ਨਹੀਂ ਹੁੰਦਾ ਉਹ ਤਾਂ ਸਾਰੇ ਕਰਦੇ ਹੀ ਹੈ ਜੀ ਕਿਤੋਂ ਨਾ ਕਿਤੋਂ ਉਹ ਚੀਜ਼ ਤਾਂ ਹਰ ਬੰਦਾ ਕਰਦਾ ਹੀ ਹੈ ਇੱਕ ਚੀਜ਼ ਮੈਂ ਕਹਿਣਾ ਚਾਹੂੰਗੀ NGO ਦੇ ਬਾਰੇ ਇੱਕ ਗੱਲ ਚੱਲੀ ਹੈ ਕਿ NGO ਕਿਉਂ ਚੱਲਦੀ ਹੈ NGO ਤਾਂ ਚੱਲਦੀ ਹੈ ਜਦ ਅਸੀਂ ਆਪਣੇ ਹੀ ਘਰ ਦੇ ਭੈਣ ਭਰਾ ਆਪਣੇ ਮਾਂ ਪਿਓ ਆਪਣੇ ਹੀ ਜਿੰਨੇ ਰਿਲੇਟਿਵਸ ਨੇ ਆਸ ਪਾਸ ਉਹਨਾਂ ਦੀ ਹੈਲਪ ਨਾ ਕਰਕੇ ਦੂਜੇ ਪਾਸੇ ਅਸੀਂ ਸ਼ੋਅ ਆਫ ਕਰਨ ਵਾਸਤੇ ਜਾਂਦੇ ਹਾਂ ਤੇ ਅਗਰ ਅਸੀਂ ਆਪਣੇ ਹੀ ਭਰਾ ਭੈਣ ਦੀ ਆਪਣੇ ਹੀ ਰਿਲੇਟਿਵਸ ਦੀ ਅਗਰ ਅਸੀਂ ਹੈਲਪ ਕਰਦੇ ਹਾਂ ਆਪਣੇ ਪੜੋਸੀਆਂ ਦੀ ਹੈਲਪ ਕਰਦੇ ਹਾਂ ਤੇ ਮੈਨੂੰ ਲੱਗਦਾ ਹਰ ਦਿਲ NGO ਹੋਏਗਾ ਪਰ ਮੈਮ ਇੱਕ ਗੱਲ ਇਹ ਵੀ ਹੈ ਨਾ NGO ਬਣਾਉਣ ਦੇ ਨਾਲ ਕਾਫੀ ਕੁਛ ਹੋਰ ਬੰਦਿਆਂ ਨੂੰ ਵੀ ਕੁਛ ਪ੍ਰੇਰਣਾ ਮਿਲ ਸਕਦੀ ਹੈ ਕਿ ਇਹ ਕੁਛ ਕਰ ਰਹੇ ਨੇ ਤੇ ਅਸੀਂ ਵੀ ਕੁਛ ਕਰੀਏ ਇਨਸਟੈਡ ਆਫ ਸ਼ੋਅ ਆਫ ਇੰਸਪੀਰੇਸ਼ਨ ਵੀ ਮਿਲ ਸਕਦੀ ਹੈ ਸਰ ਤੇ ਚੰਗੇ ਚੰਗੇ ਦੀ ਬੋਲਦੀ ਬੰਦ ਕਰਾ ਦਿੰਦੇ ਨੇ ਤੇ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹੂੰਗੀ ਕਿ ਹਾਂਜੀ ਹਮੇਸ਼ਾ ਆਪਣੇ ਜਿਹੜੇ ਨਾਲ ਸਗੇ ਸੰਬੰਧੀ ਜਾਂ ਜਿਹੜੇ ਆਪਣੇ ਪੜੋਸੀ ਜਿਹੜੇ ਕੋਈ ਵੀ ਜੇ ਕਹਿੰਦੇ ਨੇ ਨਾ ਕਿ ਘਰ ਖੁਸ਼ ਤਾਂ ਬਾਹਰ ਖੁਸ਼ ਹਾਂਜੀ ਹਾਂਜੀ ਜੇ ਅਸੀਂ ਘਰੋਂ ਹੀ ਸਾਡੇ ਅਸੀਂ ਸਾਰੇ ਦੀ ਹੈਲਪ ਕਰ ਰਹੇ ਹਾਂ ਸਾਡੀ ਅਸੀਂ ਆਪਣੇ ਗਰੀਬ ਭਰਾ ਜਾਂ ਭੈਣ ਨੂੰ ਪੈਸਾ ਨਾ ਦੇ ਕੇ ਉਹਦੀ ਹੈਲਪ ਨਾ ਕਰਕੇ ਅਸੀਂ ਬਾਹਰ ਕਿਸੇ ਨੂੰ ਦਿੰਦੇ ਹਾਂ ਉਹ ਦੈਟਸ ਨੋਟ ਕਾਲਡ NGO ਉਹ ਤਾਂ ਹੈ ਹੀ ਮੈਮ ਥੈਂਕ ਯੂ ਜੀ ਹਾਂਜੀ ਸਰ ਮੈਂ ਤੁਹਾਨੂੰ ਇਹੀ ਕਹਿਣਾ ਚਾਹ ਰਿਹਾ ਤੁਸੀਂ ਸਾਰਿਆਂ ਵਾਸਤੇ ਇੱਕ ਚੀਜ਼ ਲਾਸਟ ਈਅਰ ਲਈ ਰਜਨੀ ਸਮ੍ਰਿਤੀ ਹਾਂਜੀ ਸਮ੍ਰਿਤੀ ਮੈਮ ਇਸੀ ਜਗ੍ਹਾ ਦੇ ਉੱਤੇ ਸਟੇਜ ਤੇ ਖੜੇ ਸੀ ਜਿਹੜੇ ਅੱਜ ਇੱਥੇ ਬਹਿ ਕੇ ਇਹਨੇ ਕੌਨਫੀਡੈਂਸ ਨਾਲ ਸਵਾਲ ਪੁੱਛ ਰਹੇ ਨੇ ਉਹ ਜਦੋਂ ਉਸ ਸਟੇਜ ਤੇ ਖੜੇ ਸੀ ਇਹਨਾਂ ਦੀ ਲੱਤਾਂ ਕੰਬਦੀਆਂ ਪਈਆਂ ਸੀ ਮਾਈਕ ਤੋਂ ਬੋਲ ਨਹੀਂ ਹੋ ਰਿਹਾ ਸੀਗਾ ਮਿਸਿਸ ਪੰਜਾਬ ਟਾਈਟਲ ਵਿਨ ਕਰਨਾ ਇਹ ਮਾਇਨੇ ਰੱਖਦਾ ਮੈਂ ਸਾਰਿਆਂ ਨੂੰ ਕਹਾਂਗਾ ਇੱਕ ਸਿਰਫ ਕਿਸੇ ਪੇਜੈਂਟ 'ਚ ਆ ਕੇ ਸਿਰਫ ਸਟੇਜ ਤੇ ਬੋਲ ਕੇ ਜਾਂ ਸਾਰੀਆਂ ਚੀਜ਼ਾਂ ਨਹੀਂ ਲਾਈਫ ਦੇ ਦੋ ਪੀ ਆਪਣੀ ਲਾਈਫ 'ਚ ਜ਼ਰੂਰ ਅਪਣਾਓ ਪੇਸ਼ੈਂਸ ਤੇ ਪੈਸ਼ਨ 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 ਅਪਣਾਓ ਸਾਰੇ ਜਿਹੜੀ ਚੀਜ਼ ਨੂੰ ਆਪਾਂ ਬੋਲ ਰਹੇ ਹਾਂ ਉਹਨੂੰ ਆਪਣੀ ਲਾਈਫ 'ਚ ਅਪਣਾਓ ਅਪਲਾਈ ਕਰੋ ਪ੍ਰੈਕਟੀਕਲੀ ਹਾਂਜੀ ਤੁਸੀਂ NGO ਬਣਾਉਣਾ ਚਾਹੁੰਦੇ ਹੋ ਵੈਰੀ ਗੁੱਡ ਉਹਨੂੰ ਇੰਪਲੀਮੈਂਟ ਕਰੋ ਜੀ ਸਰ ਬਿਲਕੁਲ ਬਿਲਕੁਲ ਕਰਨਾ ਚਾਹੁੰਦੇ ਹੋ ਉਹਨੂੰ ਇੰਪਲੀਮੈਂਟ ਕਰੋ ਹਾਂਜੀ ਸਰ ਤੇ NGO ਦਾ ਮਤਲਬ ਨਾਨ ਗਵਰਨਮੈਂਟ ਗਵਰਨਮੈਂਟ ਆਰਗੇਨਾਈਜੇਸ਼ਨ ਠੀਕ ਹੈ ਥੈਂਕ ਯੂ ਸਰ ਕੰਟੈਸਟੈਂਟ ਨੰਬਰ 924
पहले तो सत श्री अकाल सबको. एक्चुअली मैं सीरियसली बहुत बहुत ज़्यादा वाली नर्वस हो गई हूँ, बिकॉज इतने माइक के सामने करिए, इतने कंटेस्टेंट हो चुके हैं और उसके बाद थोड़ा लास्ट में मेरी बारी आई है, तो अब तक तो बस सारा एनर्जी लेवल डाउन हो गया है. Sorry, no, what to say or what to know. ये तो advantage होनी चाहिए ना? ये तो हाँ advantage मिली आपको seriously. आपको experience मिला ना? नहीं, actually मैंने कहीं से कुछ prepare नहीं किया, तो seriously जो भी है. अच्छा तो नो जिन्हें भी contestants इतने आए, जो भी अभी तक contestants अभी जिन्होंने walk की, what makes you different from? आपको उनमें से क्या चीज़ लगी जो में है? सी सर, मैं किसी के बारे में ये नहीं कहना चाहती कि वो ऐसा है वो ऐसा है, वो उन्होंने बहुत. आई एम जस्ट आस्किंग, आप पे प्लस पॉइंट कौन सा है? प्लस पॉइंट ये है कि मैं अपने आप को किसी के साथ कंपेयर नहीं करती. ग्रेट, ठीक, नाइस, बहुत वधिया आंसर देता, मैं एक्सपेक्ट नहीं सी कीता, बट वधिया आंसर, वधिया आंसर. ये चिक इन्होंने किसी की निंदा भी नहीं की, अपनी प्रशंसा भी नहीं की, सिर्फ ये कहता भी मैं कंपेरिजन नहीं कर रहा. गुड, बहुत वधिया गल. थैंक यू सो मच सर. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਮੈਮ. ਮੇਰਾ ਕੋਈ ਸਵਾਲ ਨਹੀਂ ਹੈ, ਬਸ ਮੈਂ ਕੁਝ ਬੁਲਵਾਉਣਾ ਚਾਹੁੰਦੀ ਹਾਂ. ਤੁਸੀਂ ਮੈਨੂੰ 5 ਵਾਰੀ ਫਾਸਟ ਫਾਸਟ ਕੱਚਾ ਪਾਪੜ, ਪੱਕਾ ਪਾਪੜ, ਕੱਚਾ ਪਾਪੜ, ਪੱਕਾ ਪਾਪੜ ਬੋਲ ਕੇ ਦਿਖਾ ਦਿਓ. ਮੈਮ ਇਹ ਤਾਂ ਪੋਸੀਬਲ ਨਹੀਂ ਹੈ, ਪਰ ਤੁਸੀਂ ਮੈਨੂੰ 2 ਘੰਟੇ ਲਈ ਕਿਸੇ ਨਾਲ ਗੱਲ ਕਰਨੀ ਹੋ, ਮੈਂ ਕਰ ਸਕਦੀ. ਤੁਸੀਂ 5 ਵਾਰੀ ਬੋਲਣਾ ਬਸ, ਕੱਚਾ ਪਾਪੜ. कच्चा पापड़ पक्का पापड़, कच्चा पापड़ पक्का पापड़, कच्चा पापड़ पक्का पापड़, कच्चा पापड़ पक्का पापड़, कच्चा पापड़ पक्का पापड़. वेरी गुड, बहुत अच्छा बोल रहे. थैंक यू सो मच. ये तो बहुत सौखा बोलते. एक चीज हो, एक चीज होर, हुण तुसीं 3 वारी एक चीज कहनी आ. हां जी, पंजाबी चो. हां जी, नाली विच रूड़ी लीर रोड लीरे रोड, नाली विच रूड़ी लीर रोड लीरे रोड, नाली विच रूड़ी लीर रोड लीरे रोड, ਨਾਲੀ ਵਿੱਚ ਰੁੜੀ ਲੀਰ ਰੋੜ ਲੀਰੇ ਰੋੜ. ਇਹਨੂੰ 3 ਵਾਰੀ ਕਹੋ. ਮੈਂ ਤਾਂ ਕਹਿ ਰਹੀ ਹਾਂ ਜਿਹੜੀ ਰਹੀ ਲੀਰ ਨਾਲੀ ਚ ਬਈ ਰੁੜੀ ਜਾਵੇ ਬਸ. ਚਲੋ ਠੀਕ ਹੈ, ਰੁੜੀ ਹੋ ਜਾ. ਬਟ ਤੁਸੀਂ ਪਹਿਲਾਂ ਇਹ ਕੰਪਲੀਮੈਂਟਰੀ ਸੀ, ਪਹਿਲਾਂ ਤੁਸੀਂ ਸਹੀ ਦਿੱਤਾ ਆਨਸਰ. ਥੈਂਕ ਯੂ ਸੋ ਮਚ ਸਰ. 2 ਘੰਟੇ ਗੱਲਾਂ ਮਾਰ ਸਕਦੀ ਹਾਂ. ਹਾਂਜੀ ਸਰ, ਪੂਰੇ. ਲੈ ਤੁਸੀਂ ਹੁਣ ਵੀ ਫੋਨ ਮਿਲਾ ਦਿਓ ਕਿਸੇ ਨੂੰ ਵੀ, ਕੋਈ ਅਨਨੋਨ ਪਰਸਨ ਵੀ ਹੋਊਗਾ. ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਸਰ ਮੈਂ ਬੇਸਿਕਲੀ ਸਰਹੰਦ ਤੋਂ ਬਿਲੋਂਗ ਕਰਦੀ ਹਾਂ. ਕਿੱਥੋਂ? ਸਰਹੰਦ ਤੋਂ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ. ਤੇ ਜ਼ਿਆਦਾ ਗੱਲਾਂ ਬੋਲਣ ਨਾਲੋਂ ਕੀ ਕਹਿੰਦੇ ਹੋ? ਇਹ ਤਾਂ ਗੱਲਾਂ ਦਾ. ਸਰ ਦੇਖੋ ਅੱਜ ਕੱਲ੍ਹ ਦੇ ਟਾਈਮ. ਨਹੀਂ ਨਹੀਂ, ਇੱਕ ਆਮ ਤੌਰ ਤੇ ਪੱਕਿਆਂ ਦੇ ਨਾਲ ਚੱਲ ਛੱਡ ਜਾ ਰਿਹਾ ਤਾਂ ਗੱਲਾਂ ਦਾ. ਅੱਗੇ ਲਫ਼ਜ਼ ਕਹਿੰਦੇ ਨੇ. ਸਰ ਉਹਨੂੰ ਪੰਜਾਬੀ ਚ ਪੌਂਕਾ ਕਹਿੰਦੇ, ਵੀ ਪੌਂਕੀ ਜਾਂਦਾ ਸਾਰਾ ਦਿਨ, ਬੋਲੀ ਬਕਵਾਸ ਹੀ ਕਰੀ ਜਾਂਦਾ. ਸੋ ਮੇਰੀ ਸਿੱਧੀ ਗੱਲ ਹੈ, ਬਿਕੋਜ਼ ਮੇਰਾ ਕੁਝ ਵੀ ਇਹ ਨਹੀਂ ਹੈ. ਫਿਰ ਵੀ ਇੱਕ ਲਫ਼ਜ਼ ਆਪਾਂ ਹੋਰ ਕਹਿੰਦੇ ਆ, ਗੱਲਾਂ ਦਾ ਕੜਾ ਕਰਦਾ. ਗੱਲਾਂ ਦਾ ਗਲਾਦਰ. ਅੱਛਾ, ਤੁਸੀਂ WhatsApp ਯੂਜ਼ ਕਰਦੇ ਹੋ? ਹਾਂਜੀ ਸਰ. ਸਭ ਤੋਂ ਜ਼ਿਆਦਾ ਕਾਮਨ ਵਰਡਸ ਕਿਹੜਾ ਆਪਾਂ ਲਿਖਦੇ ਨੇ? ਕੇ, ਓਕੇ, ਔਰ ਯਾ ਕੂਲਸ. HMM ਲਿਖਦੇ ਨੇ. ਹਾਂਜੀ, ਹਮ. ਉਹਦਾ ਮਤਲਬ ਕੀ ਹੁੰਦਾ? ਮੈਨੂੰ ਅੱਜ ਤੱਕ ਨਹੀਂ ਸਮਝਿਆ. ਕਿਉਂਕਿ ਹਮ ਦਾ ਮਤਲਬ ਤਾਂ ਇਹੀ ਹੁੰਦਾ ਵੀ ਹਾਂਜੀ, ਪਰ ਆਪਾਂ ਸ਼ਾਰਟ ਫਾਰਮ ਯੂਜ਼ ਕਰਦੇ ਹਾਂ. ਐਕਚੁਅਲੀ ਮੈਂ 6 ਸਾਲ ਆਸਟ੍ਰੇਲੀਆ ਸਟੱਡੀ ਕੀਤੀ ਹੈ. ਮਤਲਬ ਕੀ ਹੁੰਦਾ ਹੁੰਦਾ? ਪਰ ਮੈਂ ਅੱਜ ਤੱਕ ਉੱਥੇ ਕਦੇ ਨਹੀਂ ਇਹੋ ਜਿਹੇ ਵਰਡ ਯੂਜ਼ ਕੀਤੇ, ਪਰ ਜਦ ਹੀ ਮੈਂ ਇੰਡੀਆ 'ਚ ਆਈ ਹਾਂ, ਮਤਲਬ ਇੱਥੇ ਆ ਕੇ ਮੈਨੂੰ ਲੈਪਟਾਪ ਨੂੰ ਲੈਪੀ ਸਭ ਕੁਝ ਕਰਨਾ. ਛੋੜ ਦੇ ਵਿੱਚ ਸਰ, ਮੇਰੀ ਵਾਰੀ ਆਈ ਤੇ ਤੁਸੀਂ ਜਲਦੀ ਖਤਮ ਕਰਨ ਲੱਗੇ. ਨਹੀਂ, ਗੱਲਾਂ ਹੋਰ ਵੀ ਪੁੱਛਣੀ ਹੈ ਨਾ? ਹਾਂਜੀ ਹਾਂਜੀ ਸਰ, ਹਾਂਜੀ. ਆ ਕੁਐਸਚਨ ਜਲਦੀ, ਸਾਡੇ ਕੋਲ 2 ਘੰਟੇ ਹੈ ਨਹੀਂ ਨਾ. ਨਹੀਂ, ਮੈਂ 2 ਘੰਟੇ ਲਗਾਉਂਗੀ ਵੀ ਨਹੀਂ ਕੋਈ ਨਾ. ਆ ਮਤਲਬ ਦੱਸ ਦਿਓ, ਉਹਦਾ ਮਤਲਬ ਕੀ ਹੁੰਦਾ? ਹਮ ਦਾ ਮਤਲਬ ਸਰ, ਵੈਸੇ ਤਾਂ ਜਿੰਨਾ ਕੁ ਵਟਸਐਪ ਤੇ ਆਂਦਾ ਉਹਦੇ ਵਿੱਚ ਤੇ ਹੀ ਹੁੰਦਾ ਕਿ ਕੋਈ ਜਾਨਵਰ ਬਾਰੇ ਕਿਹਾ ਜਾਂਦਾ ਕਿ ਉਹ ਕਰਦਾ ਇਦਾਂ, ਵੀ ਤੁਸੀਂ ਕੋਈ ਗਾਂ ਭੈਂਸ ਬੱਕਰੀ ਕੋਈ ਦੱਸ ਸਕਦਾ? ਬੋਲੋ. ਅਜੇ ਇੱਕ ਕੁੜੀ ਇਹ ਬੋਲੀ HUH ਹੂ ਆ, ਮੈਨੂੰ ਆ ਨਹੀਂ ਸਮਝ ਆਉਂਦਾ ਇਹਦਾ ਕੀ ਮਤਲਬ. HUH ਹੁੰਦਾ ਉਹ ਬੋਲੀ ਜਾਂਦੇ ਹੁੰਦਾ, ਹਾਂ ਮੇਰੀ ਮਾਂ. ਨਹੀਂ HUH ਨਹੀਂ 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 ਬਸ ਕਰ ਹੁਣ. ਹੂ ਦਾ ਮਤਲਬ ਇਹ ਨਹੀਂ ਹੁੰਦਾ, ਇਹ ਤੁਹਾਡੇ ਵਾਸਤੇ ਹੀ ਬਣਿਆ 2 ਘੰਟੇ ਬੋਲੀ. ਇਹ ਤਾਂ ਵਾਲਾ ਮਤਲਬ ਹੁੰਦਾ 2 ਘੰਟੇ ਬੋਲਣ ਨਾਲ ਅਸੀਂ ਹਾਂ ਮੇਰੀ ਮਾਂ ਹੈ ਮਰ ਗਿਆ ਮੈਂ ਮੈਨੂੰ ਭੁੱਖ ਬਹੁਤ ਲੱਗੀ ਆ ਹੈ ਨਾ, ਤੇ ਉਹ ਵਿਚਾਰਾ ਵਟਸਐਪ ਦੇ ਨਾਮ ਇਮੋਜੀਸ ਦਾ ਉਹਨੂੰ ਪਤਾ ਨਹੀਂ ਸੀ, ਉਹਨੇ ਸਾਰਾ ਵਟਸਐਪ ਦੇਖਿਆ, ਉਹਨੂੰ ਇੱਕ ਇਮੋਜੀ ਲੱਗਿਆ ਨਾ ਸਮੋਸੇ ਵਰਗਾ ਹੀ ਲੱਗਦਾ, ਉਹਨੇ ਉਹ ਭੇਜਤਾ, ਕਹਿੰਦਾ ਮੁੜ ਕੇ ਫਿਰ ਮੇਰੀ ਗਰਲਫ੍ਰੈਂਡ ਛੱਡ ਗਈ ਮੈਨੂੰ. ਸਮਝ ਆਇਆ? ਸਮਝ ਆ ਜਿਹਨੂੰ ਸਮਝ ਆ ਗਿਆ ਉਹ ਠੀਕ. ਵਟਸਐਪ ਦੇ ਇੱਕੋ ਚੀਜ਼ ਆ ਸਮੋਸੇ ਵਾਲੀ, ਉਹਨੂੰ ਆਈਸਕ੍ਰੀਮ ਵੀ ਕਹੀ ਜਾਂਦੇ, ਕਈ ਸਮੋਸੇ ਵੀ ਕਹੀ ਜਾਂਦੇ, ਕਈ ਕੁਛ ਹੋਰ ਵੀ ਕਹੀ ਜਾਂਦੇ.
ਉਹਦੇ ਬੜੀਆਂ ਅੱਖਾਂ ਹੋਈਆਂ ਕਹਿੰਦਾ ਗੌਰਵ ਯਾਰ ਮੈਨੂੰ ਮੁੜ ਕੇ ਸਹੇਲੀ ਨੇ ਬੁਲਾਇਆ ਨਹੀਂ ਮੈਂ ਕਿਹਾ ਕਿਉਂ ਕਹਿੰਦਾ ਮੇਰੇ ਕੋਲ ਬੋਲ ਰਹੀ ਸੀ ਆਈ ਐਮ ਫੀਲਿੰਗ ਹੰਗਰੀ ਕਹਿੰਦਾ ਮੈਨੇ ਇਹ ਸਮੋਸਾ ਭੇਜ ਦਿਆ ਕਹਿੰਦਾ ਉਹ ਗੁੱਸੇ ਹੋ ਗਈ ਸਰ ਅਗਰ ਏਦਾਂ ਦਾ ਬੋਏਫ੍ਰੈਂਡ ਹੋਵੇ ਤਾਂ ਸਹੇਲੀ ਤਾਂ ਬਲੌਕ ਹੀ ਮਾਰੂੰਗੀ ਸਿੱਧਾ ਕਿਹਾ ਨੈਚੁਰਲ ਤੇ ਕਿੰਨਾ ਸੋਹਣਾ ਚੁਟਕਲਾ ਵਟਸਐਪ ਨੇ ਕਨਫਿਊਜ਼ ਬਹੁਤ ਕੀਤਾ ਲੋਕਾਂ ਨੂੰ ਹੈਨਾ ਚਲੋ ਪੁੱਛੋ ਨੈਕਸਟ ਠੀਕ ਹੈ ਜੀ ਥੈਂਕ ਯੂ सर मैं एक बात जरूर कहना चाहूँगा व्हाट्सएप के साथ साथ तो फेसबुक मेरी बहुत कंफ्यूज की आजकल मैं फोटोज देखता हूँ डीपी देखता हूँ देख के लगता है कि लड़की है देख के लगता है कि लड़की है और निकलती दो लड़कियों की माँ है तो थैंक्स करना चाहूंगा ये सारा कमाल है मेकअप और ब्यूटी सैलून वालों का And we would like to thank our sponsor, beauty partner, Fashion Beauty Salon from Saha Ambala. And director of this beauty salon is Radhni Verma, one of our jury. And now, last but not the least contestant, tag number 904. Sonam Verma. ਸਭ ਤੋਂ ਪਹਿਲਾਂ ਮੇਰੇ ਤਰਫੋਂ ਸਾਰੇ ਜੱਜਿਸ ਨੂੰ ਮੇਰੇ ਤਰਫ ਪਿਆਰ ਵਾਲੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੋਨਮ ਵਰਮਾ ਹੈ ਮੇਰਾ 8 ਈਅਰਸ ਦਾ ਬੇਬੀ ਹੈ ਬੇਬੀ ਬੋਏ ਅਤੇ ਸਭ ਤੋਂ ਪਹਿਲਾਂ ਮੈਂ ਦੱਸਣ ਚਾਹਾਂਗੀ ਕਿ ਇੱਕ ਰਾਖੀ ਜੇ ਫੈਸਟੀਵਲ ਸੰਡੇ ਨੂੰ ਹੈਗਾ ਮਤਲਬ ਇੱਕ ਹਰ ਬ੍ਰਦਰ ਆਪਣੀ ਸਿਸਟਰ ਨੂੰ ਜਦ ਰਾਖੀ ਬੰਨਦੀ ਹੈ ਅਤੇ ਉਹ ਦਿੰਦਾ ਸੂਟਸ ਦਿੰਦਾ ਹੈ ਚੋਕਲੇਟ ਦੇ ਰਿਹਾ ਉਹ ਦੇ ਰਿਹਾ ਬਟ ਮੇਰੇ ਬ੍ਰਦਰ ਨੇ ਮੈਨੂੰ ਮਿਸਿਸ ਪੰਜਾਬ ਨਾਲ ਜੋੜਿਆ ਮੈਂ ਬਹੁਤ ਥੈਂਕਫੁਲ ਹਾਂ ਉਹਦੀ ਜਿਹੜਾ ਮੇਰਾ ਮਿਸ ਪੰਜਾਬ ਬਣਨ ਦਾ ਸਪਨਾ ਉਹਨੇ ਮਿਸਿਸ ਪੰਜਾਬ ਵਿੱਚ ਪੂਰਾ ਕੀਤਾ ਤਾਂ ਮੇਰਾ ਸਟਾਰਟਿੰਗ ਤੋਂ ਹੀ ਸ਼ੌਂਕ ਸੀ ਕਿ ਮੈਂ ਮਾਡਲਿੰਗ ਲਾਈਨ 'ਚ ਜਾਵਾਂ ਪੰਜਾਬੀ ਸੌਂਗਸ 'ਚ ਜਾਵਾਂ ਬਟ ਨਹੀਂ ਪੂਰਾ ਹੋ ਪਾਇਆ ਬਟ ਮੈਂ ਬਹੁਤ ਥੈਂਕਸ ਕਰਦੀ ਹਾਂ ਤੁਹਾਡੇ ਜੱਜਿਸ ਦਾ 9 to 9 ਦਾ ਜਿਨ੍ਹਾਂ ਨੇ ਸਾਨੂੰ ਹਾਊਸ ਵਾਈਫ ਨੂੰ ਇਹ ਪਲੇਟਫਾਰਮ ਦਿੱਤਾ ਥੈਂਕ ਯੂ ਅਤੇ ਫਿਰ ਤੁਸੀਂ ਰਾਖੀ ਦਾ ਹੀ ਜੇ ਗੱਲ ਕੀਤੀ ਹੈ ਤਾਂ ਦੱਸ ਦਿਓ ਫਿਰ ਪੰਜਾਬੀ 'ਚ ਕੀ ਕਹਿੰਦੇ ਨੇ ਰਕਸ਼ਾ ਬੰਧਨ ਬ੍ਰਦਰ ਨੂੰ ਬ੍ਰਦਰ ਨੂੰ ਵੀਰੇ ਵੀਰਾ ਠੀਕ ਹੈ ਤੁਸੀਂ ਆਈਜ਼ ਵਿੱਚ ਲੈਂਸ ਆਈ ਥਿੰਕ ਕੰਟੈਕਟ ਲੈਂਸ ਮਿਸ ਪਾਏ ਨੇ ਕਲਰਡ ਲੈਂਸ ਹਾਲੇ ਉਹ ਯੂਜ਼ ਕੀਤੇ ਹੈ ਹਾਂਜੀ ਹਾਂਜੀ ਮਿਸ ਯੂਜ਼ ਐਂਡ ਥਰੋ ਵਾਲੇ ਨਾ ਗ੍ਰੇ ਕਲਰਸ ਆਈ ਥਿੰਕ ਨੋ ਗ੍ਰੀਨ ਕਲਰ ਗ੍ਰੀਨ ਕਲਰ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਲੈਂਸ ਤੁਸੀਂ ਮੀਨਸ ਕਿਉਂ ਵੇਅਰ ਕੀਤੇ ਨੇ ਮੀਨਸ ਤੁਹਾਡੀ ਬਿਊਟੀ 'ਚ ਮੈਨੂੰ ਤੁਹਾਨੂੰ ਕਿਉਂ ਲੱਗਿਆ ਕਿ ਮੈਨੂੰ ਮੀਨਸ ਅੱਜ ਮੇਰਾ ਆਡੀਸ਼ਨ ਹੈ ਜਾਂ ਮੈਨੂੰ ਇੱਦਾਂ ਦੇ ਕੰਟੈਕਟ ਲੈਂਸ ਜਾਂ ਜੋ ਵੀ ਹੈਗਾ ਕਲਰਡ ਵਾਲੇ ਹੁੰਦੇ ਨੇ ਜਾਂ ਫੇਸ਼ੀਅਲ ਲੈਂਸਿਸ ਹੁੰਦੇ ਨੇ ਮੈਨੂੰ ਵੇਅਰ ਕਰਨੇ ਪਏ ਮੀਨਸ ਮੈਂ ਕਿਉਂ ਵੇਅਰ ਕਰਕੇ ਜਾਵਾਂ ਬਿਕੋਜ਼ ਅੱਜ ਮੇਰਾ ਆਡੀਸ਼ਨ ਹੈ ਮਿਸਿਸ ਅੰਬਾਲਾ ਆਊਟ ਨਹੀਂ ਮਤਲਬ ਮੇਰਾ ਇੱਕ ਸ਼ੌਂਕ ਸੀ ਡ੍ਰੀਮ ਸੀ ਕਿ ਜਦੋਂ ਵੀ ਮੈਂ ਇਸ ਪਲੇਟਫਾਰਮ 'ਤੇ ਆਵਾਂਗੀ ਲੈਂਸਿਸ ਜ਼ਰੂਰ ਲਾਵਾਂਗੀ ਕਿਉਂਕਿ ਜੋ ਵੀ ਅਸੀਂ ਕੁਝ ਚੀਜ਼ ਅਪਲਾਈ ਕਹਿੰਦੇ ਨਾ ਪਹਿਲੇ ਅਪਲਾਈ ਦੈਨ ਸਪਲਾਈ ਗੁਹਾਨਾ ਬਹੁਤ ਰੇਅਰ ਸੁਣਿਆ ਹੋਇਆ ਕਿਸੇ ਨਹੀਂ ਨਹੀਂ ਮੈਨੂੰ ਪਤਾ ਹੈ ਗੁਹਾਨਾ ਸੁਣਿਆ ਤੇ ਸੌਰੇ ਅੰਬਾਲਾ ਦੇ ਵਿੱਚ ਯੈਸ ਮੈਮ ਠੀਕ ਹੈ ਸੇਮ ਹਰਿਆਣਵੀ ਕੋਈ ਵੀ ਡਾਇਲੋਗ ਸੁਣਨਾ ਚਾਹੁੰਦੀ ਆ ਮਤਲਬ ਅਸੀਂ ਅੰਬਾਲਾ ਦੇ ਵਿੱਚ ਆਏ ਆ ਬੋਲੀ ਮਤਲਬ ਬੋਲੀ ਨਹੀਂ ਸੌਰੀ ਪੰਜਾਬੀ ਹੁੰਦੀ ਆ ਕੋਈ ਵੀ ਡਾਇਲੋਗ ਦੋ ਤਿੰਨ ਲਾਈਨਾਂ ਕੁਝ ਵੀ ਤੁਸੀਂ
फेमस तो साढ़े गुहाना की माथू राम की जलेबी है मतलब बाकी की डायलॉग किसी मूवी का डायलॉग बोल दो जिस दंगल मूवी दे विच भी काफ़ी चलो आपने मेरी आईज की तारीफ की है तो मैं आईज पे ही सुना देती हूँ बिल्कुल 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 इधर गाया भी वही होने ओके तेरी आँखा का यो काजल मन कर से कोई घायल प्लीज सपोर्ट मी तू सहज सहज सा भर ले मेरा दिल हो जाए घायल मैंने पल 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 याद तेरी तड़पा वैसे हाय मेरा रूप जिगर में लड़के आग लगा वैसे एक्चुअली अब अंबाला आ गए हैं ना तो अंबाला की टोन मिक्स हो ये किन्ने गाया गाना वैसे सिंगर ए सर वो सर एक मिनट फेमस मेरे माइंड टू स्लिप हो गया कोनी बैठो टाइम ही बोर तो साडे कोल नहीं सिंगर सिंगर पहले यही तक सिंगर नहीं सिंगर नहीं परफॉर्म था उन्होंने किया सी लेडीज है नाम नेहा मलिक साडे गांव गोवाड़ उन्होंने किया सी तियां दे मेले च नहीं सर वो बहुत पॉपुलर हो रही है बट इस टाइम एकदम ध्यान हां जी मैम एडे हिंट मिल रहे थाने तुसी ड्रीम ही देखने छड़ते ते हुन दसो जी सपना चौधरी तालियां जी जोरदार तालियां तुसी आप ही मार लो अपने यस मैम यस सर सॉरी तुसी नर्वस क्यों हो रहे हो जी कंफ्यूजन तुहानू मेल फीमेल दी कंफ्यूजन होण लगी सिंगर दा नहीं पता नहीं किसी को भी नहीं पता सारे गाने सोच रहे सपना चौधरी गा रही है पर बंदे की आवाज नहीं गाती सपना सिंगर तो लगता कुछ पूछना चाहिए तुम होर सिंगर का नाम वही तो पूछ रहे सारे दस नहीं किसी दसो जी सच्चा दस दौ यार तुम गुहाने दे हो हाँ जी सब तो मशहूर चीज की है सवाल ऑडियंस चो जलेबी हाय सही है कितों दी माथू राम दी जलेबी सर फुआरा चौक तो कितों फुआरा चौक गुहाने तो फुआरा चौक आज तुझे लेके आयो जलेब कहते हैं जलेब जलेब कहते हैं मतलब वो देखन वो ना फीलिंग आती है जब देखते हैं ना ताई फील आ रहा है जलेब है बट उन्होंने मेंशन जलेबी जलेबी वर्ग ही मैं कोई दिल नहीं थैंक यू सर कुछ तुसी कुछ पूछना क्वेश्चन कुछ किसी नु तुसी चलो तुसी कुछ क्वेश्चन पुट करो किसी नु किसी भी जजेस नु तुसी जूरी मेंबर जो क्वेश्चन पुट करना थोनू मौका दिता कोई भी क्वेश्चन पुट कर सकते हो तुसी किसी नु भी फील करो कि तुसी जजमेंट दी सीट ते बैठे हो ते तुसी एक क्वेश्चन पुट करना है ये सारे कंटेस्टेंट ने थोड़ी अगे तुसी पूछो क्वेश्चन ही नहीं पुट कर दे मैं कुछ भी पूछ सकती हूं ना फिर मैं पहले दसो किनु पूछना तुसी इथे जो भी बैठे तुसी पूछ तुसी तुहानू पूछेंगे चलो मेनू मेनू हां जी मेनू हां जी पूछो जी अपनी एल्बम दा फर्स्ट सॉन्ग सुना दो मेरी एल्बम दा फर्स्ट सॉन्ग वैसे एज अ सिंगर मेरी एल्बम दा फर्स्ट सॉन्ग आना है मैं हूँ ही सुना था भाजी चलो मैं बाद सुनावा स्टेज से आके चलो वैसे मैं अपना नहीं एक होर किसी सोहनी जी चीज लिखी हुई है जेड़ा मेरा पहला गाना सीगा गिप्पी गरेवाल दे नाल सीगा ओहदे विच मैं एज़ अ विलन रोल कीता सीगा ओहदा नाम सीगा हिक विच जान रखिया बट इत्थे माहौल नहीं मैं एक होर कुड़ियां दे एक सोहनी जी चीज मेरे दिमाग च आई किसी मुंडे ने लिखी अंबरसर दे ने ओह मैं तुहानूं सुणाउणा अजकल कुड़ियां फिल्टर ला के बहुत स्नैपचैट ते फोटो पाउंदियां फुल्लां वाला है ना ते ओहते कुछ लाइनां ने हो जान तो प्यारे आवे बाला चौने वाले आवे रुसी हुई नू तू चन्ना गाले लाउने वाले आवे जान तो प्यारे आवे बाला चौने वाले आवे रुसी हुई नू तू चन्ना गाले लाउने वाले आवे मापियां दी कली कली लाड लीर काने गल्ला मिठिया ना पट लई आते खिच के मैं भेजी चन्ना फुला नाल फोटो दस फुल सोने लग दे के मैं खिच के मैं भेजी चन्ना फुला नाल फोटो दस फुल सोने लग दे के मैं हो सो थैंक यू जी थैंक यू
ओके दोस्तों, गोहाना की जलेबी टेस्ट करने के बाद अब हम चलते हैं सीधा दिल्ली, और मुझे दिल्ली की चाट, छोले भटूरे और पराठे, पराठे वाली गली की याद आ गए। वेल, अंबाला के ऑडिशंस के बाद अभी है, बाकी है टैलेंट राउंड, बाकी है, अब बारी है साड़ी राजधानी दिल्ली दी। वेल, मैं चीफ गेस्ट को थैंक्स करना चाहूंगा, शरणदीप कौर जी, डिप्टी कमिश्नर अंबाला, स्पेशल थैंक्स टू रोटरी क्लब अंबाला, प्रेसिडेंट विजेंद्र दास जी एंड एक्टिव डायरेक्टर प्रमोद पब्बी जी। तो अब दिल्ली वाले कंटेस्टेंट लकी हैं, आप भी आए, दिल्ली वाले सबका स्वागत करते हैं, वेलकम करते हैं। अब क्या लगता है, आपने अंबाला के कंटेस्टेंट्स देखे, क्या लगता है दिल्ली वाले कैसा परफॉर्म करेंगे? पूरे जोश नाल परफॉर्म करेंगे, जोश नाल परफॉर्म करेंगे। चलो देखते हैं इस सेशन के बाद जोश किसके अंदर है, कौन जीतेगा अंबाला के अंदर। ठंडे हैं, दिल्ली में कौन जीतेगा? दिल्ली तो जीतेगी, लेकिन दिल्ली में कौन, चार में से कौन बनेगी विनर? हरमनी बनेगी। अच्छा, अंबाला में थोड़ा जोश ना लो अपना नाम, अंबाला में कौन बनेगा विनर? आपको बता दूं, आज आप में से कोई एक बनेगी मिसेज अंबाला, और आप अगर रजिस्ट्री देखेंगे तो आज देखो जितने भी हमारे विनर्स हैं, जितने भी लोग मिसेज पंजाब बन चुके हैं, आज वो कहां कहां पर हैं, और आप फेसबुक पे फॉलो करते हुए यहां तक आ गए, तो सोचो मिसेज अंबाला के लिए वो कितना जोश चाहिए होगा। कौन बनेगी मिसेज अंबाला? नहीं सुनाई दिया? सपोर्टर्स क्या कहते हैं? नवजीत। अच्छा, दिल्ली के सपोर्टर्स आए यहां पे, दिल्ली वालों के। अच्छा, दिल्ली में कौन जीतेगी? अच्छा जी, एक ही है कुलवंत। चलो जी, फिर स्टार्ट करते हैं दिल्ली के ऑडिशंस, एंड लेट्स वेलकम आवर फर्स्ट कंटेस्टेंट, टैग नंबर 923, दिलजीत कौर। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਦਿਲਜੀਤ ਕੌਰ ਚਾਵਲਾ ਹੈ, ਅਤੇ ਮੈਂ ਦਿੱਲੀ ਤੋਂ ਬਿਲੋਂਗ ਕਰਦੀ ਹਾਂ। ਮੇਰੀ ਏਜ 33 ਈਅਰਸ ਹੈ ਐਂਡ ਆਈ ਐਮ ਡਾਇਵੋਰਸੀ, ਐਂਡ ਜਸਟ 2 ਵੀਕਸ ਪਹਿਲਾਂ ਮੈਨੇ ਜੋਬ ਛੱਡੀ ਹੈ। ਮੈਂ ਅਕੈਡਮਿਕ ਹੈੱਡ ਦੀ ਜੋਬ ਕਰਦੀ ਸੀ, ਉੱਥੇ ਮੈਂ ਬੱਚਿਆਂ ਦੇ ਸਿਲੇਬਸ ਵਗੈਰਾ ਬਣਾਉਂਦੀ ਸੀ, ਜਿੰਨੇ ਵੀ ਪ੍ਰੀ ਸਕੂਲਸ ਦੇ ਬੱਚੇ ਹੁੰਦੇ ਸੀ, ਔਰ ਟੀਚਰਸ ਨੂੰ ਟ੍ਰੇਨਿੰਗ ਦਿੰਦੀ ਸੀ, ਉੱਥੇ ਇਹ ਜੋਬ ਕਰਦੀ ਸੀ। ਐਂਡ ਮੇਰੀ ਫੈਮਲੀ ਵੀ ਦਿੱਲੀ ਤੋਂ ਹੀ ਬਿਲੋਂਗ ਕਰਦੀ ਹੈ, ਐਂਡ ਮੈਨੇ ਇਸ ਕੰਪੀਟੀਸ਼ਨ ਇਸ ਲਈ ਪਾਰਟੀਸਪੇਟ ਕੀਤਾ ਬਿਕੋਜ਼ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਡੇਲੀ ਵਿੱਚ ਜੋ ਪੰਜਾਬੀ ਕਲਚਰ ਹੈ, ਇਟਸ ਨੋਟ ਗਰੂਮਿੰਗ ਲਾਈਕ ਇਨ ਪੰਜਾਬ, ਸੋ ਦੈਟਸ ਵਾਈ ਆਈ ਜੁਆਇਨ ਦਿਸ ਕੰਪੀਟੀਸ਼ਨ। ਦੈਟਸ ਵਾਈ ਆਈ ਜੁਆਇਨ ਦਿਸ ਕੰਪੀਟੀਸ਼ਨ। ਹਾਂਜੀ ਦਿਲਜੀਤ, ਤੁਹਾਡੇ ਲਈ ਗੱਲ ਪੁੱਛਣਾ ਚਾਹਾਂਗੀ। ਜਿਵੇਂ ਤੁਸੀਂ ਕਿਹਾ ਕਿ ਤੁਸੀਂ ਦਿੱਲੀ ਤੋਂ ਬਿਲੋਂਗ ਕਰਦੇ ਹੋ, ਵੈਸੇ ਤੁਸੀਂ ਇੱਕ ਔਰ ਪੰਜਾਬੀ ਹੋ, ਯਾ ਤਾਂ ਇੱਕ ਪੰਜਾਬੀ ਹੋਣ ਵਾਸਤੇ ਸਾਡੇ ਲਈ ਕੀ ਜ਼ਰੂਰੀ ਹੈ? ਬਿਕੋਜ਼ ਮੇਰਾ ਵੀ ਇੰਟਰ ਕਾਸਟ ਵੈਡਿੰਗ ਹੈ, ਆਈ ਵਾਜ਼ ਇਨ ਪੰਜਾਬੀ, ਪੇਰੈਂਟਲੀ ਪੰਜਾਬੀ, ਬਟ ਆਈ ਨਾਓ ਆਈ ਐਮ ਵਰਮਾ। ਤਾਂ ਬਟ ਇੱਕ ਪੰਜਾਬੀ ਹੋਣੇ ਕੇ ਲਈ ਕਿਆ ਜ਼ਰੂਰਤ ਹੈ, ਮੀਨਸ ਕਿਆ ਐਸੀ ਚੀਜ਼ ਹੈ ਪੰਜਾਬੀ ਹੋਣ ਵਾਸਤੇ? ਪੰਜਾਬੀ ਹੋਣ ਵਾਸਤੇ ਮੈਂ ਸੋਚਦੀ ਹਾਂ ਕਿ ਪੰਜਾਬੀ ਲੈਂਗੁਏਜ ਆਉਣੀ ਜ਼ਰੂਰੀ ਹੈ, ਸਾਡੇ ਗੁਰਸਿੱਖਾਂ ਦੀ ਸਾਡੀ ਹਿਸਟਰੀ ਜੋ ਹੈ, ਜੋ ਸਾਡੇ ਗੁਰੂਆਂ ਨੇ ਜੋ ਸ਼ਹੀਦੀਆਂ ਦਿੱਤੀਆਂ ਨੇ, ਉਹ ਜ਼ਰੂਰੀ ਹੈ। ਔਰ ਸਾਡੇ ਕਲਚਰ ਕਦੋਂ ਸਟਾਰਟ ਹੋਇਆ ਸੀ, ਕਿੱਥੋਂ ਬਿਲੋਂਗ ਕਰਦਾ ਹੈ, ਔਰ ਕੀ ਮਤਲਬ ਸਾਡੇ ਕਲਚਰ 'ਚ ਕੀ ਚੀਜ਼ਾਂ ਹੈ ਨੇ ਜੋ ਬਹੁਤ ਚੰਗੀਆਂ ਨੇ, ਜੋ ਅਜਿਹੇ ਸਮਾਜ ਵਿੱਚ ਮਤਲਬ ਲੋਕਾਂ ਨੂੰ ਨਹੀਂ ਪਤਾ, ਜੋ ਮਤਲਬ ਲਾਈਕ ਬੋਲੀਆਂ ਹੋ ਗਈਆਂ, ਠੀਕ ਹੈ, ਉਹ ਵੀ ਤੁਹਾਡੀ ਗੱਲ ਪੂਰੀ ਮੰਨੀ, ਬਟ ਇੱਕ ਪੰਜਾਬੀ ਹੋਣ ਵਾਸਤੇ ਜੀ ਇੱਕ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ। ਸ਼ਾਇਦ ਮੈਨੂੰ ਲਾਸਟ ਆਪਣਾ ਹੀ ਆਡੀਸ਼ਨ ਯਾਦ ਆ ਰਿਹਾ, ਮੇਰੇ ਕੋਲ ਸ਼ਾਇਦ ਫਿਨਾਲੇ ਸੈਮੀ ਫਿਨਾਲੇ 'ਚ ਮੇਰੇ ਕੋਲ ਪੁੱਛਿਆ ਗਿਆ ਸੀ, ਅੱਜ ਤੁਸੀਂ ਕਹੀ ਤਾਂ ਮੇਰਾ, ਮੈਂ ਵੀ ਸੇਮ ਇਹੀ ਚੀਜ਼ ਪੁੱਛ ਰਹੀ ਹਾਂ ਕਿ ਪੰਜਾਬੀ ਹੋਣ ਵਾਸਤੇ ਕੀ ਚੀਜ਼ ਜ਼ਰੂਰੀ ਹੈ? ਮੀਨਸ ਅਗਰ ਮੈਂ, ਅਗਰ ਮੈਂ ਤੁਹਾਨੂੰ ਦੱਸਿਆ ਕਿ ਰਜਨੀ ਵਰਮਾ ਨਾ ਹੋਇਆ, ਮੈਂ ਰਜਨੀ ਵਰਮਾ, ਠੀਕ ਹੈ, ਤਾਂ ਮੈਂ ਕਿਵੇਂ ਆਪਣੇ ਆਪ ਨੂੰ ਕਰਦੀ ਹਾਂ ਕਿ ਮੈਂ ਪੰਜਾਬੀ ਹਾਂ? ਮੈਂ ਨਹੀਂ ਕਹਿ ਸਕਦੀ ਕਿ ਬਿਕੋਜ਼ ਮੈਂ ਵਰਮਾ ਫੈਮਿਲੀ 'ਚ ਤਾਂ ਹਿੰਦੀ ਬੋਲਦੇ ਨੇ,
ਕਿਉਂ ਕੁੜੀਆਂ ਨੂੰ ਇੱਕ ਆਪਣੇ ਰੰਗ 'ਚ ਟਲਣਾ ਪੈਂਦਾ ਹੈ। ਜਿਵੇਂ ਮੇਰੇ ਸਹੁਰੇ ਬੋਲਦੇ ਨੇ ਹਿੰਦੀ ਤਾਂ ਮੈਂ ਹਿੰਦੀ ਬੋਲਦੀ ਹਾਂ, ਮੈਂ ਪੰਜਾਬੀ ਕਲਚਰ ਕੁਛ ਨਹੀਂ ਯੂਜ਼ ਕਰ ਪਾਉਂਦੀ। ਮੀਨਸ ਇੱਦਾਂ ਨਹੀਂ ਕਿ ਉਹਨਾਂ ਨੇ ਮਨਾ ਕੀਤਾ ਹੈ, ਬਟ ਠੀਕ ਹੈ ਕਿ ਆਪਣੇ ਸਹੁਰਿਆਂ ਦੀ ਪ੍ਰੈਫਰੈਂਸ ਪਹਿਲੇ ਹੁੰਦੇ ਆ ਕਿਉਂਕਿ ਉਹ ਮੈਨੂੰ ਇੱਕ ਮਾਪਿਆਂ ਤੋਂ ਪਹਿਲੇ ਨੇ। ਬਟ ਇੱਕ ਪੰਜਾਬੀ ਵਾਸਤੇ ਮੈਂ ਕੀ ਚੀਜ਼ ਇੱਦਾਂ ਦੀ ਮੇਨਟੇਨ ਕੀਤੀ ਹੋਈ ਹੈ ਜਾਂ ਕੀ ਮੇਨਟੇਨ ਕਰਨਾ ਪੈਂਦਾ ਹੈ ਕਿ ਪੰਜਾਬੀ ਜਿਵੇਂ ਪਤਾ ਲੱਗੇ ਕਿ ਹਾਂ ਪਹਿਰਾਵਾ ਹੁੰਦਾ ਪੰਜਾਬੀਆਂ ਦਾ? ਆ ਜ਼ਰੂਰੀ ਨਹੀਂ ਪੰਜਾਬੀ ਨਹੀਂ ਹੈ, ਪੰਜਾਬੀ ਲੈਂਗੁਏਜ ਹੁੰਦੀ ਹੈ। ਉਹ ਵੀ ਨਹੀਂ ਬੋਲਦੇ, ਅਗਰ ਸਪੋਜ਼ ਉਹ ਵੀ ਬੋਲਦੇ ਨਹੀਂ ਫਿਰ ਕਲਚਰ ਵੀ ਹੋਏਗਾ ਪੰਜਾਬੀ ਦਾ। ਸਾਡੇ ਜੋ ਰਿਲੀਜਨ ਹੈਗਾ, ਜੋ ਰੀਤੀ ਰਿਵਾਜ਼ ਚੱਲਦੇ ਆ ਰਹੇ ਨੇ, ਉੱਥੋਂ ਵੀ ਪਤਾ ਲੱਗਦਾ ਕਿ ਪੰਜਾਬੀ ਹੈ ਕਿ ਨਹੀਂ ਹੈ। ਚਲੋ ਪੇਕਿਆਂ ਦਾ ਹੋ ਗਿਆ। ਹਾਂ, ਅਤੇ ਸਭ ਤੋਂ ਪਹਿਲੇ ਵੀ ਮੇਰਾ ਜੋ ਹੈਗਾ ਆਨਸਰ, ਉਹ ਮੈਂ ਇਹ ਕਹਾਂਗੀ ਕਿ ਸਭ ਤੋਂ ਪਹਿਲੇ ਪੰਜਾਬੀ ਦਾ ਦਿਲ ਪੰਜਾਬੀ ਹੋਣਾ ਚਾਹੀਦਾ। ਹਾਂਜੀ, ਦਿਲ ਦਿਲ ਹੋਣਾ ਚਾਹੀਦਾ। ਜਵਾਨ ਕਹਿੰਦੇ ਨਾ ਉਮਰ ਚ ਕੀ ਰੱਖਿਆ, ਤੇ ਮੈਂ ਇਹ ਕਹਿੰਦੀ ਕਿ ਦਿਲ ਪੰਜਾਬੀ ਹੋਣਾ ਚਾਹੀਦਾ, ਕਾਸਟ ਚ ਕੀ ਰੱਖਿਆ। ਮੈਮ ਐਕਚੁਅਲੀ ਮੈਂ ਪੰਜਾਬ 5 ਵਾਰੀ ਆਈ ਹਾਂ, ਬਟ ਮੈਨੂੰ ਇੰਨਾ ਪਤਾ ਕਿ ਪੰਜਾਬੀਆਂ ਦੇ ਦਿਲ ਬਹੁਤ ਸੋਹਣੇ ਹੁੰਦੇ ਨੇ, ਬਹੁਤ ਪਿਆਰੇ ਹੁੰਦੇ ਨੇ। ਕਦੀ ਵੀ ਮੈਂ ਕਿਸੇ ਪਿੰਡ ਗਈ ਹਾਂ, ਤੁਸੀਂ ਹੁਣ ਆਏ ਆਪਣੀ ਗੱਲ 'ਚ, ਮੈਂ ਕਦੀ ਵੀ ਕਿਸੇ ਪਿੰਡ ਗਈ ਹਾਂ, ਮੈਨੂੰ ਇੰਨੇ ਪਿਆਰ ਨਾਲ ਇਹੀ ਪੁੱਛਦੇ ਤੁਸੀਂ ਦਿੱਲੀਓਂ ਆਏ ਹੋ, ਬੜਾ ਪਿਆਰ ਨਾਲ ਪੁੱਛਦੇ ਨੇ, ਜੋ ਵੀ ਪੁੱਛਦੇ ਨੇ, ਮਤਲਬ ਦਿਲ ਬਹੁਤ ਖੁੱਲ੍ਹਾ ਹੁੰਦਾ ਪੰਜਾਬੀਆਂ ਦਾ। ਚਲੋ, ਥੈਂਕ ਯੂ ਸੋ ਮਚ। ਓਕੇ ਮੈਮ।